ਐਂਡ ਪੇਸ਼ੈਂਟ ਜਿਹੜਾ ਸਾਡਾ ਉਸ ਵੇਲੇ ਤੱਕ ਹੁੰਦਾ ਕੀ ਹੈ ਕਿ ਉਹ ਡਰੱਗਸ ਦੇ ਪਹਿਲੇ ਪੜਾਅ ਤੋਂ ਜਿਹੜਾ ਉਹਦਾ ਪੜਾਅ ਹੁੰਦਾ ਨਾ, ਜਿਸ ਕਰਕੇ ਆਮ ਤੌਰ 'ਤੇ ਸਾਡੇ ਪੇਸ਼ੈਂਟ ਡਰੱਗਸ ਵਿੱਚ ਜਾਂਦੇ ਆ, ਉਹਦਾ ਇੱਕ ਵੱਡਾ ਕਾਰਨ ਹੁੰਦਾ ਕਿ ਉਹਨਾਂ ਦਾ ਮੂਡ ਮਾਡ ਠੀਕ ਨਹੀਂ ਰਹਿੰਦਾ ਹੁੰਦਾ, ਅਤੇ ਉਹ ਕਿਤੇ ਨਾ ਕਿਤੇ ਐਕਸੀਡੈਂਟਲੀ ਕਿਸੇ ਇਸ ਤਰ੍ਹਾਂ ਦੀ ਅਕੁਇੰਟੈਂਸ ਆ ਜਾਂਦੀ ਹੈ ਜਿੱਥੇ ਉਹ ਚੀਜ਼ ਲੈਂਦੇ ਆ ਅਤੇ ਉਹਨਾਂ ਦੀ ਡੋਪਾਮਿਨ ਪ੍ਰੋਡਕਸ਼ਨ ਬਿਨਾਂ ਮਿਹਨਤ ਤੋਂ ਹੋ ਜਾਂਦੀ ਹੈ। ਮਤਲਬ ਇੱਕ ਹੁੰਦਾ ਨਾ ਕਿ ਮਿਹਨਤ ਕਰਕੇ ਤੁਸੀਂ ਖੁਸ਼ੀ ਪ੍ਰਾਪਤ ਕਰੋ, ਉਹਨਾਂ ਨੂੰ ਇੱਕ ਦਿਨ ਸ਼ਾਰਟਕੱਟ ਮਿਲ ਜਾਂਦਾ ਕਿ ਮਿਹਨਤ ਤੋਂ ਬਗੈਰ ਵੀ ਖੁਸ਼ੀ ਲਈ ਜਾ ਸਕਦੀ ਹੈ। ਆਹ ਜਿਹੜਾ ਪਹਿਲਾ ਐਕਸੀਡੈਂਟ ਹੁੰਦਾ ਨਾ, ਇਹ ਬੜਾ ਵੱਡਾ ਐਕਸੀਡੈਂਟ ਹੁੰਦਾ ਹੈ ਸਾਡੇ ਬੱਚਿਆਂ ਦੇ ਨਾਲ, ਜਿਹੜਾ ਕਿ ਤੁਹਾਨੂੰ ਵੀ ਸਮਝਣਾ ਪਏਗਾ। ਅੱਛਾ, ਜਦੋਂ ਇਹ ਐਕਸੀਡੈਂਟ ਹੁੰਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਇੱਕ ਬੜਾ ਸੁਭਾਵਿਕ ਚੀਜ਼ ਹੈ ਕਿ ਜਿਹੜੀ ਚੀਜ਼ ਤੁਹਾਨੂੰ ਕੰਫਰਟ ਦੇਣ ਲੱਗ ਪਈ ਹੈ, ਜਿਹੜੀ ਚੀਜ਼ ਤੁਹਾਨੂੰ ਖੁਸ਼ੀ ਦੇਣ ਲੱਗ ਪਈ ਹੈ, ਜਿਹਦੇ ਚੀਜ਼ ਦਾ ਤੁਹਾਨੂੰ ਮਜ਼ਾ ਆਉਣ ਲੱਗ ਪਿਆ, ਉਹ ਤੁਸੀਂ ਉਹਨੂੰ ਵਾਰ ਵਾਰ ਕਰਦੇ ਹੋ, ਜ਼ਿਆਦਾ ਕਰਦੇ ਹੋ, ਹੌਲੀ ਹੌਲੀ ਕਰਕੇ ਕੁਆਂਟਿਟੀ ਵੱਧਦੀ ਜਾਂਦੀ ਹੈ, ਕਿਉਂਕਿ ਮਜ਼ਾ ਕਿਹਨੂੰ ਨਹੀਂ ਚੰਗਾ ਲੱਗਦਾ, ਹਰ ਇੱਕ ਇਨਸਾਨ ਨੂੰ, ਸਾਨੂੰ ਵੀ ਚੰਗਾ ਲੱਗਦਾ, ਅਸੀਂ ਵੀ ਸਾਰੇ ਉਹੀ ਜ਼ਿੰਦਗੀ 'ਚ ਢਲੀ ਜਾ ਰਹੇ ਹਾਂ ਜਿਹ 'ਚ ਸਾਨੂੰ ਮਜ਼ਾ ਆਉਂਦਾ। ਪਰ ਇੱਕ ਦੂਸਰਾ ਐਕਸੀਡੈਂਟ ਜਿਹੜਾ ਕਿ 100 ਦੇ ਵਿੱਚੋਂ ਸਿਰਫ 10% ਲੋਕਾਂ 'ਚ ਹੁੰਦਾ, ਆਲ ਓਵਰ ਵਰਲਡ ਹੁੰਦਾ, ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਡਿਜ਼ੀਜ਼ ਆਫ ਅਡਿਕਸ਼ਨ। ਹੁਣ ਡਿਜ਼ੀਜ਼ ਆਫ ਅਡਿਕਸ਼ਨ ਇਹ ਹੁੰਦੀ ਹੈ ਕਿ ਜਿਹੜੀ ਚੀਜ਼ ਪਹਿਲਾਂ ਮਜ਼ਾ ਦੇ ਰਹੀ ਸੀ ਨਾ, ਉਹ ਹੁਣ ਸਜ਼ਾ ਦੇਣ ਲੱਗ ਪਈ ਹੈ। ਹੌਲੀ ਹੌਲੀ ਕੀ ਹੁੰਦਾ ਕੀ ਹੈ ਕਿ ਜਿਹੜਾ ਮਜ਼ੇ ਦਾ ਗ੍ਰਾਫ ਹੈ ਉਹ ਹੌਲੀ ਹੌਲੀ ਕਰਕੇ ਘਟਣਾ ਸ਼ੁਰੂ ਹੋ ਜਾਂਦਾ, ਜਿਹੜਾ ਸਜ਼ਾ ਵਾਲਾ ਗ੍ਰਾਫ ਹੈ ਹੌਲੀ ਹੌਲੀ ਕਰਕੇ ਉੱਪਰ ਆਉਣਾ ਸ਼ੁਰੂ ਹੋ ਜਾਂਦਾ। ਐਂਡ ਇੱਕ ਟਾਈਮ ਆਉਂਦਾ ਕਿ ਮਜ਼ਾ ਅਤੇ ਸਜ਼ਾ ਇੱਕੋ ਜਿੰਨੇ ਹੋ ਜਾਂਦੇ ਆ, ਜਿਹਨੂੰ 0 to 10 ਲਾਈਏ ਨਾ, 5 'ਤੇ ਹੀ ਮਜ਼ਾ ਅਤੇ 5 'ਤੇ ਹੀ ਸਜ਼ਾ। ਇਸ ਚੀਜ਼ ਵਾਸਤੇ ਕੀ ਹੁੰਦਾ ਕਿ ਸਾਡਾ ਜਿਹੜਾ ਪੇਸ਼ੈਂਟ ਹੈ ਨਾ, ਉਹ ਨਸ਼ੇ ਦੀ ਮਿਕਦਾਰ ਸਿਰਫ ਇਸ ਕਰਕੇ ਵਧਾ ਰਿਹਾ ਹੁੰਦਾ ਕਿ ਉਹ ਸਜ਼ਾ ਨੂੰ ਕਿਸੇ ਦਿਨ ਕਿਸੇ ਤਰੀਕਾ ਭੁਲਾਉਣਾ ਚਾਹੁੰਦਾ, ਕਿਉਂਕਿ ਸਜ਼ਾ ਤੰਗ ਕਰਦੀ ਹੈ ਨਾ, ਮਜ਼ਾ ਕਿਰਕਰਾ ਕਰਦੀ ਹੈ, ਉਹ ਫਿਰ ਉਸ ਕਰਕੇ ਨਸ਼ਾ ਕਰਦਾ ਕਿ ਜਿਹੜੀ ਮੇਰੀ ਮਜ਼ਾ ਕਿਰਕਰਾ ਹੋ ਰਿਹਾ ਨਾ, ਇਹਨੂੰ ਮੈਂ ਕਿਸੇ ਤਰ੍ਹਾਂ ਮਜ਼ੇ ਨੂੰ ਇਸ ਤਰ੍ਹਾਂ ਕਰਦਾ ਕਿ ਉਹ ਕਿਰਕਰਾ ਹੋਏ ਵੀ ਅਤੇ ਮੈਨੂੰ ਮਹਿਸੂਸ ਨਾ ਹੋਏ। ਹੁਣ ਇਹ ਇਸ ਚੀਜ਼ ਦੇ ਵਿੱਚ ਇੱਕ ਟਾਈਮ ਆ ਜਾਂਦਾ ਜਿਹਦੇ 'ਚ ਕਹਿੰਦੇ ਆ ਬੋਟਮ ਆ ਗਿਆ। ਬੋਟਮ ਦਾ ਮਤਲਬ ਇਹ ਹੁੰਦਾ ਕਿ ਹੁਣ ਮਜ਼ਾ 0 ਹੋ ਗਿਆ, ਸਜ਼ਾ 100 'ਤੇ ਪਹੁੰਚ ਗਈ, ਮਤਲਬ ਇੰਨੀ ਜ਼ਿਆਦਾ ਸਜ਼ਾ ਹੋ ਗਈ, ਹਰ ਪਾਸੇ ਸਜ਼ਾ ਹੀ ਸਜ਼ਾ ਨਜ਼ਰ ਆਉਂਦੀ ਹੈ ਅਤੇ ਮਜ਼ਾ ਕੋਈ ਨਹੀਂ ਆ ਰਿਹਾ ਹੁੰਦਾ। ਇਹ ਇੱਕ ਇਹੋ ਜਿਹੀ ਤਕਲੀਫ ਹੁੰਦੀ ਹੈ ਜਿੱਥੇ ਜਾ ਕੇ ਮਤਲਬ ਇਸ ਬਿਮਾਰੀ ਦਾ ਬੋਟਮ ਲੱਗ ਜਾਂਦਾ, ਜਿੱਥੇ ਕਿ ਆ ਜਾਂਦੀ ਹੈ ਕਿ ਹੁਣ ਇਹ ਬਿਮਾਰੀ ਜਿਹੜੀ ਆ ਆਪਣੇ ਬੱਸੋਂ ਬਾਹਰ ਹੋ ਗਈ ਹੈ।